ਪੰਜਾਬ ਦੇ ਇਸ ਸਕੂਲ ਵਿੱਚ ਕੀਤੀਆਂ 5 ਦਿਨਾਂ ਦੀਆਂ ਛੁੱਟੀਆਂ ਜੀ ਹਾਂ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਸ ਦਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਕਲਚਰ ਸਟਡੀ ਦੇ ਵਿੱਚ ਹਾਂਜੀ ਤੁਸੀਂ ਨੇ ਠੀਕ ਹੀ ਪੜ੍ਹਿਆ ਪੰਜਾਬ ਦੇ ਇਸ ਸਕੂਲ ਵਿੱਚ ਕੀਤੀਆਂ 5 ਦਿਨਾਂ ਦੀਆਂ ਛੁੱਟੀਆਂ ਅਤੇ ਤੁਹਾਨੂੰ ਦੱਸ ਦੇਗੀ ਕਿ ਇਹ ਕਿਸ ਸਕੂਲ ਵਿੱਚ ਕੀਤੀ ਜਾਣਗੇ 5 ਦਿਨਾਂ ਦੀਆਂ ਛੁੱਟੀਆਂ ਅਤੇ ਇਹ ਕਿਉਂ ਕੀਤੀਆਂ ਗਈਆਂ ਨੇ ਉਹ ਵੀ ਤੁਹਾਨੂੰ ਆਊ ਅੱਗੇ ਵੀਡੀਓ ਵਿੱਚ ਦੱਸ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਬਣੇ ਰਹਿਣਾ ਚੈਨਲ ਤੇ ਪਹਿਲੀ ਵਾਰ ਆ ਰਹੇ ਹਾਂ ਇਸ ਤਰ੍ਹਾਂ ਦੇ ਹੋਰਾਂ ਅਪਡੇਟਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਹ ਹੈਗਾ ਜਿਹੜਾ ਸਕੂਲ ਹੈਗਾ ਮੈਰੀਟੋਰੀਅ ਸਕੂਲ ਆ ਸੰਗਰੂਰ ਚ ਸੰਗਰੂਰ ਚ ਅਤੇ ਉਸ ਵਿੱਚ ਜਿਹੜੇ 5 ਦਿਨਾਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਨੇਗੇ ਦੱਸਿਆ ਜਾ ਰਿਹਾ ਹੈ ਕਿ ਉਸ ਵਿੱਚ ਕਿਉਂ ਕੀਤੀਆਂ ਗਈਆਂ ਨੇ 5 ਦਿਨਾਂ ਦੀਆਂ ਛੁੱਟੀਆਂ ਸਕੂਲ ਦੇ ਹੋਸਟਲ ਦੇ ਵਿੱਚੋਂ ਖਾਣਾ ਖਾਣ ਤੋਂ ਬਾਅਦ ਕਾਫੀ ਜਿਹੜੇ ਵਿਦਿਆਰਥੀ ਸੀ ਉਹ ਬਿਮਾਰ ਹੋ ਗਏ ਸੀ ਤਾਂ ਕਰਕੇ ਜਿਹੜਾ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਉਹਨਾਂ ਦੇ ਕਾਫੀ ਵਿਦਿਆਰਥੀਆਂ ਦੇ ਵਿੱਚੋਂ 4-5 ਜਿਹੜੇ ਵਿਦਿਆਰਥੀ ਨੂੰ ਹੁਣ ਵੀ ਉਹ ਦਾਖਲ ਨੇ ਕਿਉਂਕਿ ਉਹਨਾਂ ਦੀ ਜਿਹੜੀ ਸਿਹਤ ਹੈਗੀ ਉਹ ਥੋੜੀ ਜਿਹੀ ਖਰਾਬ ਹੈਗੀ ਤਾਂ ਕਰਕੇ ਉਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਕਰਕੇ ਇਹ ਜਿਹੜੇ ਛੁੱਟੀਆਂ ਨੇ ਕਿ ਉਹ ਸਕੂਲ ਦੇ ਵਿੱਚ ਕੀਤੀਆਂ ਗਈਆਂ ਨੇ ਸਿਰਫ ਮੈਰਿਟੋਰੀਅਸ ਸੰਗਰੂਰ ਸਕੂ ਕਾਇਰੂਲ ਕਰਨਾ ਜੇਕਰ ਹੋਰ ਕੋਈ ਅਪਡੇਟ ਹੋਵੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤੇ ਮਿਲੂਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ